ਦੋਸਤੋ ਅੱਜ ਮੈਂ ਖੜਾ ਵਾਂ ਆਪਣੇ ਖਡੂਰ ਸਾਹਿਬ ਹਲਕੇ ਦੇ ਪਿੰਡ ਖਵਾਸਪੁਰ ਵਿੱਚ ਤੇ ਆ ਮੈਂ ਖਵਾਸਪੁਰ ਦਾ ਇੱਕ ਸਰਕਾਰੀ ਮਿਡਲ ਸਕੂਲ ਆ ਜਿਹਦੇ ਵਿੱਚ ਮੈਂ ਖੜਾ ਵਾਂ ਤੇ ਮੈਂ ਇਹ ਜਿਹੜਾ ਸਰਕਾਰੀ ਸਕੂਲ ਪਹਿਲਾਂ ਤੁਹਾਨੂੰ ਵਿਖਾ ਦੇਣਾ ਚਾਹੁੰਦਾ ਵੀ ਤੁਸੀਂ ਵੇਖ ਲਓ ਇੱਕ ਵਾਰ ਵੀ ਇਹ ਜਿਹੜਾ ਸਰਕਾਰੀ ਸਕੂਲ ਆ ਕਿੱਡਾ ਸੋਹਣਾ ਕਿੱਡੀ ਸੋਹਣੀ ਇਹਦੀ ਬਿਲਡਿੰਗ ਬਣੀ ਹੋਈ ਆ ਕਿੱਡਾ ਸੋਹਣਾ ਇੱਥੋਂ ਦਾ ਪ੍ਰਬੰਧ ਆ ਕਿਸ ਤਰੀਕੇ ਨਾਲ ਸਜਾਵਟ ਆ ਇਸ ਸਕੂਲ ਦੀ ਇੱਕ ਵਾਰੀ ਸਾਰਾ ਵਿਖਾ ਦਿਓ ਸਕੂਲ ਇਹ ਹੈ ਇੱਥੋਂ ਦਾ ਸਰਕਾਰੀ ਸਕੂਲ ਅਤੇ ਦੋਸਤੋ ਇਹ ਤਰਨ ਤਾਰਨ ਜ਼ਿਲ੍ਹੇ ਦਾ ਨੰਬਰ 1 ਦਾ ਇੱਕ ਸਰਕਾਰੀ ਸਕੂਲ ਆ ਜਿੱਥੋਂ ਦੇ ਬੱਚੇ ਚੰਗੇ ਭਲੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੇ ਮੁਕਾਬਲੇ ਵਧੀਆ ਪੜ੍ਹਾਈ ਆ ਉਹਨਾਂ ਦੀ ਅਤੇ ਇੱਕ ਚੰਗੇ ਜਿਹੜੇ ਹੈਗੇ ਆ ਮੁਕਾਬਲਿਆਂ ਦੇ ਵਿੱਚ ਇਹ ਪਹਿਲੇ ਨੰਬਰ 'ਤੇ ਆਉਂਦੇ ਆ ਹਰ ਮੁਕਾਬਲੇ ਵਿੱਚ ਹਿੱਸਾ ਲੈਂਦੇ ਆ ਅਤੇ ਪੜ੍ਹਾਈ ਪੱਖੋਂ ਹਰ ਪੱਖੋਂ ਇਹ ਬੱਚੇ ਸਕੂਲ ਦੇ ਜਿਹੜੇ ਪੜ੍ਹੇ ਲਿਖੇ ਆ ਇੱਥੋਂ ਦੇ ਮਤਲਬ ਪਹਿਲੇ ਨੰਬਰ 'ਤੇ ਆਏ ਪਰ ਮੈਂ ਅੱਜ ਇਸ ਸਕੂਲ ਵਿੱਚ ਲਾਈਵ ਹੋਣ ਦਾ ਮੇਰਾ ਜੋ ਮੋਟਿਵ ਆ ਮੇਨ ਮਸਲਾ ਹੈ ਉਹ ਇਹ ਆ ਕਿ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਨਕਲ ਰੋਕਣ ਦੇ ਲਈ ਇੱਕ ਮੁਹਿੰਮ ਛੇੜੀ ਗਈ ਆ ਬੜਾ ਅਖਬਾਰਾਂ ਦੇ ਵਿੱਚ ਆ ਰਿਹਾ ਅਤੇ ਸਾਡੇ ਸਿੱਖਿਆ ਸਕੱਤਰ ਆ ਕ੍ਰਿਸ਼ਨ ਕੁਮਾਰ ਪੰਜਾਬ ਦੇ ਸਭ ਤੋਂ ਵੱਡੇ ਇੱਕ ਸਿੱਖਿਆ ਆਫਿਸਰ ਆ ਉਹਨਾਂ ਵੱਲੋਂ ਇੱਕ ਮੁਹਿੰਮ ਛੇੜੀ ਗਈ ਆ ਵੀ ਮੈਂ ਤਰਨ ਤਾਰਨ ਜ਼ਿਲ੍ਹੇ ਦੇ ਵਿੱਚੋਂ ਨਕਲ ਦੀਆਂ ਜਿਹੜੀਆਂ ਹੈ ਜੜ੍ਹਾਂ ਪੁੱਟਣੀਆਂ ਨੇ ਅਤੇ ਅੱਜ ਅਸੀਂ ਉਹਨਾਂ ਨੂੰ ਮਾਣਯੋਗ ਸਿੱਖਿਆ ਸਕੱਤਰ ਸਾਹਿਬ ਨੂੰ ਅਤੇ ਮਾਣਯੋਗ ਸਾਡੇ ਸਿੱਖਿਆ ਮੰਤਰੀ ਜੀ ਉਹਨਾਂ ਅੱਗੇ ਇਹ ਦਰਖਾਸਤ ਕਰਦੇ ਹਾਂ ਅਪੀਲ ਕਰਦੇ ਹਾਂ ਵੀ ਤਰਨ ਤਾਰਨ ਜ਼ਿਲ੍ਹੇ ਦੇ ਜਿੰਨੇ ਵੀ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਟੀਚਰਾਂ ਦੀਆਂ ਪੋਸਟਾਂ ਖਾਲੀ ਆ ਜਿਸ ਸਕੂਲ ਵਿੱਚ ਮੈਂ ਖੜ੍ਹਾਂ ਇਸ ਸਕੂਲ ਵਿੱਚ 8 ਟੀਚਰਾਂ ਦੀਆਂ ਪੋਸਟਾਂ ਖਾਲੀ ਆ ਜਿੱਥੇ ਬੱਚੇ ਵਧੀਆ ਪੜ੍ਹਾਈ ਪੜ੍ਹ ਸਕਦੇ ਆ ਵਧੀਆ ਸਿੱਖਿਆ ਲੈ ਸਕਦੇ ਆ ਸਿਰਫ ਇੱਥੇ 2 ਟੀਚਰ ਆ ਅਤੇ 2 ਟੀਚਰ ਰਲ ਕੇ ਸਾਰੇ ਬੱਚਿਆਂ ਨੂੰ ਕੰਟਰੋਲ ਕਰਦੇ ਆ ਅਤੇ ਫਿਰ ਵੀ ਇਹ ਜਿਹੜਾ ਸਕੂਲ ਆ ਪਹਿਲੇ ਨੰਬਰ 'ਤੇ ਮੈਂ ਖੁਦ ਇਸ ਸਕੂਲ ਵਿੱਚੋਂ ਪੜ੍ਹਿਆ ਵਾਂ ਮੇਰੇ ਭੈਣ ਭਰਾ ਵੀ ਇਸ ਸਕੂਲ ਵਿੱਚ ਪੜ੍ਹਦੇ ਆ ਸਾਡੇ ਪਿੰਡਾਂ ਦੇ ਬੱਚੇ ਇਸ ਸਕੂਲ ਵਿੱਚ ਪੜ੍ਹਦੇ ਆ ਇੱਥੋਂ ਪੜ੍ਹ ਲਿਖ ਕੇ ਵੱਡੇ ਵੱਡੇ ਅਹੁਦਿਆਂ 'ਤੇ ਜਿਹੜੇ ਲੋਕ ਬਿਰਾਜਮਾਨ ਆ ਬੈਠੇ ਆ ਪਰ ਅੱਜ ਇਹੋ ਜਿਹੇ ਹਜ਼ਾਰਾਂ ਸਕੂਲ ਜਿਹੜੇ ਇਸ ਤਰਨ ਤਾਰਨ ਜ਼ਿਲ੍ਹੇ ਦੇ ਆ ਉਹਨਾਂ ਦੇ ਵਿੱਚ ਟੀਚਰ ਪੂਰੇ ਨਹੀਂ ਗੇ ਗੋਂਦਵਾਲ ਸਾਹਿਬ ਦਾ ਸਰਕਾਰੀ ਸਕੂਲ ਹੈ ਉੱਥੇ 10-15 ਟੀਚਰਾਂ ਦੀਆਂ ਪੋਸਟਾਂ ਖਾਲੀ ਹੈ ਅਤੇ ਭਰਾਓ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਬੱਚਿਆਂ ਨੂੰ ਨਕਲ ਮਾਰਨ ਤੋਂ ਨਹੀਂ ਰੋਕ ਸਕਦੇ ਜਿੰਨੀ ਦੇਰ ਤੱਕ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀ ਇਹਨਾਂ ਦੇ ਪਿੱਛੇ ਇੱਕ ਏਜੰਸੀਆਂ ਦਾ ਕੰਮ ਆ ਵੀ ਸਿੱਖਿਆ ਨੀਤੀ ਖਤਮ ਕਰ ਦਿਓ ਇਹ ਜਿਹੜਾ ਸਰਕਾਰੀ ਸਕੂਲਾਂ ਦਾ ਪੱਠਾ ਬਿਠਾ ਦਿਓ ਕਿ ਬੱਚੇ ਜਿਹੜੇ ਗਰੀਬ ਲੋਕਾਂ ਦੇ ਸਭ ਤੋਂ ਜ਼ਿਆਦਾ SC ਬੱਚੇ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਆ ਅਤੇ ਜਰਨਲ ਵੀ ਜਿਹੜੇ ਵਿਚਾਰੇ ਛੋਟੇ ਕਿਸਾਨਾਂ ਦੇ ਬੱਚੇ ਉਹ ਵੀ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਆ ਸਰਕਾਰੀ ਦੇ ਵਿੱਚ ਅਤੇ ਉਹ ਬੱਚੇ ਇੱਥੋਂ ਪੜ੍ਹਦੇ ਆ ਅਤੇ ਉਹਨਾਂ ਨੂੰ ਸਿੱਖਿਆ ਨਹੀਂ ਮਿਲ ਰਹੀ ਕਿਉਂਕਿ ਟੀਚਰ ਪੂਰੇ ਨਹੀਂ ਗੇ ਸਰਕਾਰ ਨੂੰ ਚਾਹੀਦਾ ਵਾ ਕਿ ਸਭ ਤੋਂ ਪਹਿਲਾਂ ਇੱਥੇ ਟੀਚਰ ਪੂਰੇ ਕਰੇ ਹੁਣ ਮੈਨੂੰ ਪਤਾ ਲੱਗਾ ਵੀ ਟੀਚਰਾਂ ਦੀਆਂ ਤਨਖਾਹਾਂ ਅੱਧੀਆਂ ਕਰਤੀਆਂ ਕਿ ਜਿਨ੍ਹਾਂ ਦੀਆਂ ਟੀਚਰਾਂ ਦੀਆਂ ਤਨਖਾਹਾਂ 40-45 ਹਜ਼ਾਰ ਰੁਪਈਆ ਉਹਨਾਂ ਨੂੰ 10-10 ਹਜ਼ਾਰ ਰੁਪਈਆ ਤਨਖਾਹ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਕਿ ਸਰਕਾਰ ਜੀ ਤੁਹਾਡੇ MLA ਮੰਤਰੀਆਂ ਦੀਆਂ ਤਨਖਾਹਾਂ ਲੱਖਾਂ ਦੇ ਵਿੱਚ ਲੱਖਾਂ ਰੁਪਈਆ ਤੁਹਾਡੀਆਂ ਤਨਖਾਹਾਂ ਮੰਤਰੀਆਂ ਦੀਆਂ MLA ਦੀਆਂ ਅਤੇ ਜਿਨ੍ਹਾਂ ਨੇ ਇੱਥੋਂ ਨੀ ਸਮਝ ਲਓ ਵੀ ਟੀਚਰ ਇੱਕ ਅਧਿਆਪਕ ਜਿਹੜਾ ਹੈ ਉਹ ਬੱਚੇ ਨੂੰ ਬਣਾਉਂਦਾ ਵਾ ਉਸ ਨੂੰ ਸਿਖਾਉਂਦਾ ਵਾ ਅਤੇ ਉਸ ਬੱਚੇ ਨੇ ਅੱਗੇ ਜਾ ਕੇ ਬੜੇ ਬੜੇ ਅਫਸਰ ਬਣਨਾ ਹੁੰਦਾ ਵਾ ਜਾਂ ਕੋਈ ਕਿਸੇ ਮੁਕਾਮ 'ਤੇ ਪਹੁੰਚਣਾ ਹੁੰਦਾ ਅਤੇ ਉਸ ਟੀਚਰ ਦੀ ਤਨਖਾਹ ਘਟਾ ਕੇ 10,000 ਰੁਪਇਆ ਕਰ ਦਿੱਤੀ ਹੈ ਅਤੇ ਕਈ ਕਹਿੰਦੇ ਆ ਵੀ ਜੇ ਇਹ ਟੀਚਰ ਪੜ੍ਹਾਉਂਦੇ ਨਹੀਂ ਗੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਇੱਕ ਟੀਚਰ ਇੰਨੇ ਬੱਚਿਆਂ ਨੂੰ ਪੜ੍ਹਾ ਕੇ ਕਰੇਗਾ ਮਤਲਬ ਕਿਸ ਤਰ੍ਹਾਂ ਕੰਟਰੋਲ ਕਰੇ ਤੁਸੀਂ 8-8 ਪੋਸਟਾਂ ਖਾਲੀ ਆ ਇੱਕ ਟੀਚਰ 500 ਬੱਚੇ ਨੂੰ ਕੰਟਰੋਲ ਕਰ ਸਕਦਾ ਨਹੀਂ ਕਰ ਸਕਦਾ ਭਰਾਓ ਇਸ ਕਰਕੇ ਇੱਥੇ ਟੀਚਰਾਂ ਦੀਆਂ ਪੋਸਟਾਂ ਜਿਹੜੀਆਂ ਖਾਲੀ ਆ ਉਹਨਾਂ ਨੂੰ ਭਰੋ ਨਕਲ ਆਪਣੇ ਆਪ ਰੁਕ ਜਾਏਗੀ ਉਹ ਬੱਚੇ ਨਕਲ ਨਾ ਮਾਰਨ ਤਾਂ ਕੀ ਕਰਨ ਜਿਨ੍ਹਾਂ ਬੱਚਿਆਂ ਨੂੰ ਇੰਗਲਿਸ਼ ਦਾ ਟੀਚਰ ਹੀ ਸਕੂਲ ਵਿੱਚ ਉਪਲਬਧ ਨਹੀਂ ਗਾ ਉਹ ਬੱਚੇ ਮੈਥ ਵਿੱਚ ਨਕਲ ਨਾ ਮਾਰਨ ਤਾਂ ਕੀ ਕਰਨ ਜਿਨ੍ਹਾਂ ਬੱਚਿਆਂ ਦੇ ਕੋਲ ਗਣਿਤ ਦਾ ਟੀਚਰ ਹੀ ਨਹੀਂ ਹੈ ਮੈਂ ਆਪਣੇ ਤਰਨ ਤਾਰਨ ਦੇ ਸਿੱਖਿਆ ਅਫਸਰ ਦੇ ਕੋਲੋਂ ਇੱਕ ਜਾਣਕਾਰੀ ਲਈ RTI ਤਹਿਤ ਅਤੇ ਉਹ ਅਖਬਾਰਾਂ ਦੇ ਵਿੱਚ ਵੀ ਸੁਰਖੀਆਂ ਬਣੀ ਉਹ ਜਾਣਕਾਰੀ ਇਹ ਸੀਗੀ ਕਿ ਮੈਂ ਇਹਨਾਂ ਦੇ ਕੋਲੋਂ ਜਾਣਕਾਰੀ ਮੰਗੀ ਵੀ ਬੱਚਿਆਂ ਨੂੰ ਕਿਤਾਬਾਂ ਕਿੰਨੀਆਂ ਦਿੱਤੀਆਂ ਨੇ ਤਾਂ ਬੜੀ ਸ਼ਰਮ ਵਾਲੀ ਗੱਲ ਆ ਵੀ ਬੱਚਿਆਂ ਨੂੰ ਸਾਰੀ ਪੜ੍ਹਾਈ ਪੂਰੀ ਹੋ ਗਈ ਉਹਨਾਂ ਬੱਚਿਆਂ ਨੂੰ ਮੇਨ ਵਿਸ਼ੇ ਇੰਗਲਿਸ਼ ਪੰਜਾਬੀ ਅਤੇ ਮੈਥ ਦੀਆਂ ਗਣਿਤ ਦੀਆਂ ਕਿਤਾਬਾਂ ਤੱਕ ਮੁਹੱਈਆ ਨਹੀਂ ਕਰਾ ਸਕੀ ਸਾਡੀ ਸਰਕਾਰ ਬੜੀ ਸ਼ਰਮ ਵਾਲੀ ਗੱਲ ਅਤੇ ਉਹ ਬੱਚੇ ਪੜ੍ਹਨਗੇ ਕੀ ਮੈਂ ਇਹਨਾਂ ਨੂੰ ਇਹੋ ਕਹਿਣਾ ਚਾਹੁੰਦਾ ਵੀ ਨਕਲ
अपने आप रुक जूगी, नकल अपने आप कंट्रोल हो जूगी। तुसीं टीचर पूरे कर दिओ, पढ़ाई जिहड़ी है उस दे विच सुधार कर दिओ, सिक्ख्या दे विच बहुत वड्डे सुधारां दी लोड़ है। साढ़े सिक्ख्या जदों पंजाब दा बजट आउंदा वा, साडियां सरकारां विधानसभा दे विच बजट पेश करदियां वा, कई सूबिआं ने सब तों ज़्यादा बजट सिक्ख्या दे उपर हुंदा वी, सिक्ख्या दे विच सरकार पैसा लाउंदी आ, पर साढ़े की करदे आ वी टीचरां दीआं तनखाहां वधदीआं कर दो, स्कूलों के किसी बच्चे को किताबा ना दो, स्कूलों दिया बिल्डिंगा खस्ता हालत आ, कई सरकारी स्कूलों दिया आ बिल्डिंग तो टीचर ने टीचर अच्छे आ जिन्होंने इस बिल्डिंग बहुत सोहना बनाया, तो स्कूल इस इलाके एक मशहूर हो रहा वा, पहला भी मशहूर से हूँ होर भी वधिया इस स्कूल की दिख जा रही है भी इस स्कूल टीचर ने वधिया बना दिता। कहण तो भाव यह है कि सरकारां दा इन्हां वल कोई ध्यान नहीं गा, वड्डे वड्डे प्राइवेट अदारियां दे कोलों इह मोटियां रकमां लैंदे आ फंड दे तौर ते सियासी पार्टियां, बाद विच उन्हां प्राइवेट अदारियां नूं लाभ पहुँचाउंदे आ, उन्हां स्कूलां नूं लाभ पहुँचाउण करके इन्हां स्कूलों में जिथे गरीब बच्चे पढ़ते हैं उन्हां नूं अध्यापक पूरे नहीं दे रहे, किताबां नहीं पूरियां दे रहे, जिस कारण अज ये बच्चे जिहड़े आ पढ़ाई विच कमज़ोर है। पर जे टीचर चंगे दित्ते जाण ਤਾਂ ਇਹੀ ਬੱਚੇ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਵਧੀਆ ਜਿਹੜਾ ਹੈ ਆਪਣਾ ਕੁਝ ਵਿਖਾ ਸਕਦੇ ਆ, ਕਰਕੇ ਵਿਖਾ ਸਕਦੇ ਆ, ਵਿਖਾ ਰਹੇ ਆ। ਅਤੇ ਬਾਕੀ ਪ੍ਰਾਈਵੇਟ ਸਕੂਲਾਂ ਦਾ ਵੀ ਮੈਂ ਇਹ ਗੱਲ ਦੱਸ ਦੇਵਾਂ ਕਿ ਪ੍ਰਾਈਵੇਟ ਸਕੂਲ ਵੀ ਪੈਸਾ ਤਾਂ ਲੀਡਰਾਂ ਨੂੰ ਦੇ ਦਿੰਦੇ ਆ ਕਿ ਸਾਡਾ ਰਿਜ਼ਲਟ ਚੰਗਾ ਆ ਜਾਵੇ ਜਾਂ ਸਾਡੀ ਮਸ਼ਹੂਰੀ ਹੋ ਜਾਵੇ, ਅਸੀਂ ਪੈਸਾ ਵੱਧ ਕਮਾ ਲਈਏ। ਉਹ ਸਿਰਫ ਇੱਕ ਬਿਜ਼ਨਸ ਹੈ, ਇੱਕ ਕਾਰੋਬਾਰ ਆ। ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਪਲੱਸ ਟੂ ਪੜ੍ਹੇ ਟੀਚਰ ਰੱਖੇ ਹੋਏ ਆ, ਉਹ ਬੱਚਿਆਂ ਨੂੰ ਕੀ ਪੜ੍ਹਾਉਣਗੇ। ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦਾ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲ ਦਾ ਹਾਲ ਹੈ। ਕਈ ਸਰਕਾਰੀ ਸਕੂਲ ਜਿੱਥੇ ਟੀਚਰ ਚੰਗੇ ਆ ਉਹ ਚੰਗੇ ਆ, ਉੱਥੋਂ ਦੀ ਪੜ੍ਹਾਈ ਚੰਗੀ ਆ, ਅਤੇ ਕਈ ਪ੍ਰਾਈਵੇਟ ਸਕੂਲ ਜਿਹੜੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਮੁਕਾਬਲੇ ਫੇਲ ਆ, ਬਿਲਕੁਲ ਫੇਲ ਆ। ਅਤੇ ਅੱਜ ਨਕਲ ਰੋਕਣ ਦੀਆਂ ਜਿਹੜੀਆਂ ਗੱਲਾਂ ਸਰਕਾਰ ਕਰ ਰਹੀ ਹੈ, ਨਕਲ ਰੋਕਣ ਦੀ ਬਜਾਏ ਤੁਸੀਂ ਟੀਚਰ ਪੂਰੇ ਕਰ ਦਿਓ ਅਤੇ ਆਪਣੇ ਸਿੱਖਿਆ ਦੇ ਵਿੱਚ ਸੁਧਾਰ ਕਰ ਦਿਓ, ਨਕਲ ਆਪਣੇ ਆਪ ਰੁਕ ਜੂਗੀ। ਇੱਕ ਮੈਂ ਇਹ ਸਿੱਖਿਆ ਸਰਕਾਰ ਨੂੰ ਜ਼ਰੂਰ ਦੇ ਦੇਣੀ ਚਾਹੁੰਦਾ, ਬਾਕੀ ਸਰਕਾਰ ਦੀ ਆਪਣੀ ਮਰਜ਼ੀ ਆ, ਬੜੇ ਬੜੇ ਦਿਮਾਗ ਇਹਨਾਂ ਦੇ ਅਫਸਰ ਹੈ ਉਹ ਆਪਣੀ ਮਨਮਰਜ਼ੀ ਕਰਦੇ ਆ। ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਇੱਕ ਕਾਨੂੰਨ ਬਣਾ ਦਿਓ ਵੀ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਕੋਈ ਬੱਚਾ ਫੇਲ ਜਿਹੜਾ ਹੈ ਪਾਸ ਨਹੀਂ ਕਰਨਾ, ਜੇ ਫੇਲ ਹੋ ਰਿਹਾ ਤਾਂ ਉਸ ਨੂੰ ਫੇਲ ਕਰ ਦਿਓ। ਅਤੇ ਇਹਨਾਂ ਨੂੰ ਜਿਹੜਾ ਹੈ ਪਹਿਲੀ ਕਲਾਸ ਤੋਂ ਨੀਂਹ ਮਜ਼ਬੂਤ ਕਰਨੀ ਚਾਹੀਦੀ ਹੈ, ਜੋ ਕਿ ਇਹਨਾਂ ਨੇ ਕਾਨੂੰਨ ਬਣਾਏ ਸੀਗੇ ਵੀ ਪਹਿਲੀ ਤੋਂ ਲੈ ਕੇ ਅੱਠਵੀਂ ਤੱਕ ਬੱਚਾ ਫੇਲ ਹੀ ਨਹੀਂ ਕਰਨਾ, ਜੋ ਕਿ ਗਲਤ ਸੀਗਾ। ਫਿਰ ਅੱਗੇ ਜਾ ਕੇ ਨਕਲ ਤਾਂ ਰੁਕ ਨਹੀਂ ਸਕਦੀ, ਅੱਗੇ ਜਾ ਕੇ ਬੱਚੇ ਨਕਲ ਹੀ ਮਾਰਨਗੇ, ਉਹ ਵਧੀਆ ਤਰੀਕੇ ਨਾਲ ਪਾਸ ਨਹੀਂ ਹੋ ਸਕਦੇ। ਮੇਰੀ ਇਹੀ ਬੇਨਤੀ ਆ ਕਿ ਜਿਹੜੇ ਐਡੇ ਸੋਹਣੇ ਸਾਡੇ ਸਕੂਲ ਆ, ਸਾਡੀ ਜਾਇਦਾਦ ਆ, ਜਿੱਥੋਂ ਦੇ ਗਰੀਬ ਬੱਚੇ ਜਿਹੜੇ ਪੜ੍ਹ ਰਹੇ ਆ ਉਹਨਾਂ ਨੂੰ ਜਿਹੜੀ ਕੁਝ ਨਾ ਕੁਝ ਸਿੱਖਿਆ ਮਿਲ ਸਕੇ ਅਤੇ ਇਹ ਜਿਹੜੇ ਹੈ ਚੰਗੇ ਅੱਗੇ ਕੁਝ ਨਾ ਕੁਝ ਵੱਧ ਸਕਣ। ਅਤੇ ਇਹੀ ਅਪੀਲ ਹੈ ਕਿ ਸਰਕਾਰ ਇਸ ਵੱਲ ਧਿਆਨ ਦੇਵੇ। ਬਾਕੀ ਅਸੀਂ ਆਪਣੀ ਪਾਰਟੀ ਵੱਲੋਂ ਵਿਧਾਨ ਸਭਾ ਦੇ ਵਿੱਚ ਇਸ ਇਲਾਕੇ ਦਾ ਜਿਹੜਾ ਮਸਲਾ ਲਿਸਟ ਬਣਾ ਕੇ ਭੇਜਾਂਗੇ ਅਤੇ ਸਾਡੇ MLA ਵਿਧਾਨ ਸਭਾ ਦੇ ਵਿੱਚ ਇਹ ਮਸਲਾ ਜ਼ਰੂਰ ਚੁੱਕਣਗੇ। ਇੰਨਾ ਹੀ, ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।